ਮਾਮਲਾ ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਿਆਂ ਦੇ ਅਧੀਨ ਆਉਂਦੇ ਛੋਟੇ ਹਰੀਪੁਰ ਦੇ ਰੇਲਵੇ ਸਿਗਨਲ ਦਾ ਹੈ, ਜਿੱਥੋਂ ਤਾਸ਼ ਖੇਡ ਰਹੇ ਦੋ ਨੌਜਵਾਨਾਂ ਵਿੱਚ ਹੋਈ ਮਾਮੂਲੀ ਤਕਰਾਰ ਇੰਨੀ ਕੁ ਵੱਧ ਗਈ। ਇੱਕ ਨੌਜਵਾਨ ਦੇ ਵੱਲੋਂ ਆਪਣੇ ਘਰੋਂ ਛੁਰੀ ਲਿਆ ਕੇ ਉਸ ਦੀ ਛਾਤੀ ਅਤੇ ਮੂੰਹ ਦੇ ਵਾਰ ਕੀਤੇ ਗਏ, ਜਿੱਥੇ ਜ਼ਖਮੀ ਹਾਲਾਤ ਵਿੱਚ ਉਸ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਉੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਪੁਲਿਸ ਦੇ ਜਾਂਚ ਅਧਿਕਾਰੀ SHO ਥਾਣਾ ਗੇਟ ਹਕੀਮਿਆਂ ਰਾਜਵਿੰਦਰ ਕੌਰ ਨੇ ਦੱਸਿਆ ਕਿ ਮਾਮਲਾ ਛੋਟੇ ਹਰੀਪੁਰ ਦੇ ਰੇਲਵੇ ਸਿਗਨਲ ਦਾ ਹੈ, ਜਿੱਥੇ ਰੋਬਿਨ ਉਰਫ ਰੋਬਰਟ ਨਾਂ ਦਾ 20 ਸਾਲਾ ਨੌਜਵਾਨ ਅਤੇ ਉਸਦਾ ਸਾਥੀ ਗੋਲੂ ਤਾਸ਼ ਖੇਡ ਰਹੇ ਸਨ ਅਤੇ ਮਾਮੂਲੀ ਤਕਰਾਰ ਦੇ ਚੱਲਦੇ ਗੋਲੂ ਵੱਲੋਂ ਘਰੋਂ ਚੁਰੀ ਲਿਆ ਕੇ ਰੋਬਰਟ ਦੀ ਛਾਤੀ ਅਤੇ ਮੂੰਹ ਤੇ ਵਾਰ ਕੀਤੇ ਗਏ, ਜਿਸ ਦੇ ਚੱਲਦਿਆਂ ਉਸ ਨੂੰ ਜ਼ਖਮੀ ਹਾਲਾਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਬਾਕੀ ਪੁਲਿਸ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ, ਜਲਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਮ੍ਰਿਤਕ ਦੀ ਮਾਤਾ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਗੁਹਾਰ ਲਗਾਉਂਦਿਆਂ ਦੋਸ਼ੀਆਂ 'ਤੇ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ। ਘਰੋਂ ਕੰਮ ਕਰਾ ਕੇ ਥੋੜ੍ਹਾ ਜਿਹਾ ਮੇਰੇ ਨਾਲ ਅਤੇ ਬਾਹਰ ਗਿਆ, ਮੈਨੂੰ ਇਹੋ ਕਹਿ ਕੇ ਗਿਆ, ਮੰਮੀ ਚਾਹ ਬਣਾ, ਮੈਂ ਹੁਣੇ ਆਉਂਦਾ। ਮੈਂ ਇਹਨੂੰ ਘਰ ਡੀਕਣ ਦੀ ਵੀ ਚਾਹ ਆਉਂਦਾ ਅਤੇ ਮੈਂ ਬਣਾਉਂਦੀ ਹਾਂ। ਦੋ ਤਿੰਨ ਵਾਰੀ ਮੈਂ ਇਹਨੂੰ ਲੱਭਣ ਵੀ ਗਈ, ਮੈਂ ਅੱਜ ਸਿਰਫ ਲਾਈਨਾਂ 'ਤੇ ਗਈ ਨਹੀਂ, ਮੈਂ ਨਹੀਂ ਤਾਂ ਚੱਲ ਜਾਂਦੀ, ਅੱਜ ਨਹੀਂ ਮੈਂ ਉੱਧਰ ਨੂੰ ਗਈ। ਮੁੜ ਕੇ ਦੋ ਅੱਧੇ ਕੁ ਘੰਟੇ ਬਾਅਦ ਆਣ ਕੇ ਕਿ ਮੇਰਾ ਤੇਰਾ ਵੀ ਕਹਿੰਦਾ ਵੀ ਗੰਜੇ ਨੂੰ ਕਿਸੇ ਨੇ ਛੁਰੀਆਂ ਮਾਰ ਦਿੱਤੀਆਂ ਨੇ, ਰੋਬਟੇ ਦਾ ਨਾਂ ਹੈਗਾ, ਇਹ ਇਹਨੂੰ ਗੰਜਾ ਗੰਜਾ ਆਖਦੇ ਆ। ਭਰਾ ਮੇਰੇ ਕੋਲ ਤੁਸੀਂ ਬਿਆਨ, ਮੈਂ ਕਿਸ ਤਰ੍ਹਾਂ ਬਿਆਨ ਦੇਵਾਂ ਆਪਣੇ, ਮੇਰੇ ਤਾਂ ਆਹ ਤੀਸਰਾ ਬੱਚਾ ਮੇਰਾ ਚਲ ਗਿਆ ਦੁਨੀਆ ਤੋਂ, ਮੈਂ ਕਾਹੇ ਜੋਗੀ ਨਹੀਂ ਰਹੀ। ਮੈਂ ਗਰੀਬਣੀ ਹਾਂ ਪਰ ਮੈਨੂੰ ਇਨਸਾਫ ਚਾਹੀਦਾ, ਮੈਂ ਪੈਸਾ ਨਹੀਂ ਤਾਂ ਲਾ ਸਕਦੀ ਕਿ ਮੈਂ ਪੈਸਾ ਲਾ ਕੇ ਤਾਂ ਇਨਸਾਫ ਲਵਾਂ ਆਪਣੇ ਬੱਚੇ ਦਾ। ਮੈਨੂੰ ਇਨਸਾਫ ਤੁਸੀਂ ਦਿਵਾਉਣਾ ਜੇ, ਮੈਨੂੰ ਹੁਣ ਇਨਸਾਫ ਚਾਹੀਦਾ। ਮੇਰਾ ਅੱਗੇ ਵੀ ਇੱਕ ਬੱਚਾ ਕਿਸੇ ਨੇ ਬਾਹ ਦੇ ਕੇ ਮਾਰਿਆ ਸੀ, ਉਦੋਂ ਵੀ ਨਹੀਂ ਕਦਮ ਚੁੱਕਿਆ, ਉਦੋਂ ਵੀ ਅਸੀਂ ਅਨਗੋਲ ਕਰ ਛੱਡੀ ਵੀ ਕੋਈ ਨਹੀਂ ਕਰੇ, ਆਪ ਕੀਤਾ ਬੱਚੇ ਨੇ। ਇਹਦਾ ਨਾਂ ਰੋਬਟ ਉਹਨੇ, ਮੈਨੂੰ ਨਹੀਂ ਪਤਾ ਉਹ ਆ ਗਵਾ ਜੇ ਨਹੀਂ, ਮੈਨੂੰ ਨਹੀਂ ਪਤਾ, ਮੈਨੂੰ ਤਾਂ ਉਹਦਾ ਹੀ ਪਤਾ ਲੱਗਾ। ਮੈਂ ਉਹ ਆਇਆ ਕਹਿੰਦਾ ਭਾਬੀ ਗੰਜੇ ਨੂੰ ਮਾਰ ਗਿਆ ਕੋਈ, ਛੁਰੀਆਂ ਮਾਰਤੀਆਂ ਕਿਸੇ ਨੇ, ਅਸੀਂ ਸਾਰੇ ਹੀ ਉਦੋਂ ਹੀ ਭੱਜ ਉੱਠੇ ਹਾਂ, ਅਤੇ ਦੇਰ ਵੀ ਮੇਰਾ, ਦਰਾਣੀ ਵੀ ਮੇਰੀ, ਜਦੋਂ ਅਸੀਂ ਗਏ ਹਾਂ ਤਾਂ ਇਹਨੂੰ ਇਸ ਤਰ੍ਹਾਂ ਚੁੱਕਿਆ, ਇਹਨਾਂ ਨੇ ਜਾਣ ਜੂਣ ਵਿੱਚ ਹੈ ਨਹੀਂ, ਲੈ ਕੇ ਹੋਸਪਿਟਲ ਗਏ ਹਾਂ ਪ੍ਰਸੀਚੇ ਦੇ, ਪਹਿਲੇ ਉਹਨਾਂ ਨੇ ਜਵਾਬ ਦਿੱਤਾ ਫਿਰ ਇੱਥੇ ਲੈਣ ਦਾ। ਬਸ ਇਸ ਤੋਂ ਬਾਅਦ ਮੈਂ ਕੁਛ ਨਹੀਂ ਕਹਿ ਸਕਦੀ, ਮੈਨੂੰ ਨਾ ਪੁੱਛੋ, ਮੈਂ ਤਾਂ ਮਰੀ ਹਾਂ, ਮੈਂ ਦੋ ਪੁੱਤ ਅੱਗੇ ਢਿੱਡ 'ਚ, ਤੀਸਰਾ ਆ, ਇਹਨੂੰ ਮੈਂ ਕਿਤੇ ਪਾਵਾਂ। ਮੇਰਾ ਨਾਂ ਅਰੁਣ ਹੈ ਭਾਜੀ, ਕੀ ਲੱਗਦਾ ਤੇਰਾ ਇਹ ਆਪਣਾ ਭਰਾ ਹੀ ਹੈਗਾ ਜੀ, ਮਸੀਹ ਭਰਾ ਆਪਣਾ? ਅੱਛਾ, ਕੀ ਗੱਲ ਹੋਈ ਇਹ ਕਿਹੜੀ ਜਗ੍ਹਾ 'ਤੇ? ਇਹ ਸੰਗਲ ਡੋਨ ਦੀ ਗੱਲ ਜੇ, ਆ ਉੱਥੇ ਬੈਠਾ ਤਾ ਸੀ ਅਤੇ ਗੋਲੇ ਨਾਲ ਇਹਦੀ ਬੈਸੋ ਭਸਾਈ ਹੋਈ ਹੈ, ਇਹ ਬਾ ਪਹਿਲਾਂ ਹੱਥੋਂ ਪਾਈ ਹੋਏ ਆ, ਅਤੇ ਉੱਥੋਂ ਉੱਥੇ ਖਲੋਤਾ ਰਿਹਾ, ਗੋਲਾ ਘਰ ਗਿਆ ਵਾ ਅਤੇ ਆਪਣੇ ਭਰਾ ਨੂੰ ਲੈ ਕੇ ਆਇਆ ਨਾਲ, ਅਤੇ ਨਾਲ ਛੁਰੀ ਲੈ ਕੇ ਆਇਆ, ਅਤੇ ਮੈਂ ਉੱਥੇ ਸਾਈਡ 'ਤੇ ਖਲੋਤਾਂ ਦਾ ਸੀ, ਅਤੇ ਮੈਂ ਆਪਣਾ ਕੰਮ ਕਰਨ ਡਿਆ ਅਤੇ ਉਹਨੇ ਆ ਕੇ ਅਤੇ ਮੂੰਹ 'ਤੇ ਛੁਰੀਆਂ ਮਾਰਨੀਆਂ ਸਟਾਰਟ ਕਰਤੀਆਂ, ਅਤੇ ਇੱਕ ਛੁਰੀ ਉਹਦੇ ਇੱਥੇ ਵੱਜ ਗਈ, ਆਪਾਂ ਛਡਾ ਛੁਰੀ ਆ ਅਤੇ ਡਿੱਗ ਗਿਆ ਥੱਲੇ, ਅਤੇ ਇਹਨੂੰ ਚੁੱਕ ਕੇ ਆਪਾਂ ਪਾਣੀ ਪੂਣੀ ਪਿਆ ਵਾ, ਉਸੇ ਟਾਈਮ ਹੀ ਕਿ ਮਣ ਕੇ ਢਿੱਲਾ ਹੋ ਗਿਆ ਸੀ, ਅਤੇ ਇਹਨਾਂ ਦੇ ਘਰੇ ਮੈਂ ਸੁਨੇਹਾ ਭੇਜਿਆ, ਇਹਨਾਂ ਦੇ ਚਾਚਾ ਜੀ ਆਏ ਨੇ, ਮਦਰ ਆਏ ਨੇ, ਅਤੇ ਇਹਨਾਂ ਨੂੰ ਲੈ ਕੇ ਆਪਾਂ ਮੋਟਰਸਾਈਕਲ ਦੇ ਸ਼ੀਸ਼ੇ 'ਤੇ ਗਏ ਹਾਂ, ਅਤੇ ਉਹਨਾਂ ਨੇ ਜਵਾਬ ਦੇ ਦਿੱਤਾ ਬਾਅਦ 'ਚ ਉੱਥੇ ਲਿਆਂਦਾ ਵਾ, ਅਤੇ ਇੱਥੇ ਆ ਕੇ ਉਹਨਾਂ ਨੇ ਕਹਿਤਾ ਡੇਢ ਹੋ ਗਿਆ। ਨਹੀਂ, ਕੌਣ ਲੋਕ ਸੀ ਜਿਨ੍ਹਾਂ ਨੇ? ਗੋਲੇ ਹੋਣੀ, ਗੋਲਾ ਅਤੇ ਜੀਰ ਆ, ਦੋਵੇਂ ਬ੍ਰਦਰ ਆ, ਉਹਨਾਂ ਨਾਲ ਹੋਈ ਗੱਲਬਾਤ। ਕਿੱਥੋਂ ਦੇ ਰਹਿਣ ਵਾਲੇ ਆ? ਉੱਥੋਂ ਦੇ ਸੰਗਲ ਡੋਨ ਦੇ ਰਹਿਣ ਵਾਲੇ। ਕੋਈ ਨਸ਼ਾ ਵੇਚਦੇ? ਹਾਂਜੀ, ਨਸ਼ਾ ਨੁਸ਼ਾ ਵੇਚਦੇ, ਸ਼ਰਾਬ ਵੇਚਦੇ ਆ। ਜਿਵੇਂ ਮੈਂ ਕੀ ਵਾਕਿਆ ਹੋਇਆ ਜੀ ਇੱਥੇ? ਇਹ ਰੇਲਵੇ ਦੀ ਜਗ੍ਹਾ ਆ, ਇੱਥੇ ਛੋਟਾ ਹਰੀਪੁਰਾ ਆ, ਇੱਥੇ ਰੋਬਰਟ ਇਲੀਸ ਰੋਬਨ ਨਾਮ ਦਾ ਲੜਕਾ ਅਤੇ ਨਾਲ ਗੋਲੂ ਜਿਹੜਾ ਹੈਗੇ ਸੀ ਆਪਸ ਵਿੱਚ ਕਿਤੇ ਇੱਥੇ ਤਾਸ਼ ਖੇਡਦੇ ਸੀ ਜਾਂ ਬੈਠੇ ਸੀਗੇ, ਅਤੇ ਇਹੀ ਪਤਾ ਲੱਗਾ ਆਮ ਲੋਕਾਂ ਕੋਲੋਂ ਕਿ ਇਹਦੇ ਪੈਰ 'ਤੇ ਪੈਰ ਆ ਗਿਆ, ਇਸ ਗੱਲ ਤੋਂ ਲੜਕ ਪਏ ਸੀਗੇ ਆਪਸ ਵਿੱਚ, ਅਤੇ ਗੋਲੂ ਨੇ ਆਪਣੇ ਘਰ ਤੋਂ ਕੋਈ ਕਰਦ ਲਿਆ ਕੇ ਅਤੇ ਉਹਦੇ ਕਿਤੇ ਮਾਰ ਦਿੱਤੀ ਆ, ਜਿਹੜੀ ਉਹ ਕਥਾਏ ਵੱਜ ਗਈ ਹੈ ਅਤੇ ਉਹਦੀ ਉੱਥੇ ਮੌਤ ਹੋ ਗਈ, ਹੋਸਪਿਟਲ ਪਤਾ ਲੱਗਿਆ ਸੀ। ਮੈਮ ਕੀ ਨਾਮ ਹੋ ਰਿਹਾ ਮੁੰਡੇ ਦਾ ਜਿਹਦੇ ਜਿਹੜਾ ਮਰਡਰ ਹੋਇਆ ਜੀ? ਇਹ ਰੋਬਰਟ ਇਲੀਅਸ ਰੋਬਨ। ਇਹ ਸਾਡੇ ਰੇਲਵੇ ਦਾ ਪਿੰਡ ਆ, ਸਾਡੀ ਛੋਟਾ ਹਰੀਪੁਰਾ ਅਤੇ ਵੱਡਾ ਹਰੀਪੁਰੇ ਦੇ ਵਿਚਕਾਏ ਰੇਲਵੇ ਦੀ ਜਗ੍ਹਾ ਆ, ਖਾਲੀ ਜਗ੍ਹਾ ਆ, ਅਤੇ ਉੱਥੇ ਲੋਕ ਆਮ ਜਿਹੜੇ ਆ ਬੈਠਦੇ ਆ, ਉੱਥੇ ਬੈਠੇ ਕਿਤੇ ਉਸ ਉਹਨਾਂ ਦਾ ਝਗੜਾ ਹੋ ਗਿਆ। ਮੈਮ ਕਿੰਨੀ ਉਮਰ ਹੋ ਗਈ ਹੈ ਜੀ? ਕਰੀਬ 20 ਸਾਲ।
ਕਿ ਲੱਗਦਾ ਕੋਈ ਹੋਰ ਵੀ ਸ਼ਖਸ ਹੋ ਸਕਦਾ ਔਰ ਮਗਰ ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਇਹ ਤਾਂ ਹੁਣ ਜੀ ਆਰ ਪੀ ਵਾਲੇ ਇੰਸਪੈਕਟਰ ਸਾਹਿਬ ਸਾਡੇ ਆ ਗਏ ਨੇ ਮੌਕੇ ਦੇ ਉੱਤੇ ਇਹ ਆ ਗਏ ਨੇ ਇਹ ਹੁਣ ਤਫਤੀਸ਼ ਦੌਰਾਨ ਕੀ ਇਹ ਸਾਹਮਣੇ ਆਉਂਦਾ ਇਹ ਤਾਂ ਬਾਅਦ 'ਚ ਪਤਾ ਲੱਗੇ ਨਹੀਂ ਕਿੰਨੇ ਜਾਣੇ ਨੇ ਮਰਡਰ ਕੀਤਾ ਇੱਕੋ ਜਾਣਾ ਹੀ ਜਾਂ ਬਿਲਕੁਲ ਇਹ ਦੋ ਤਿੰਨ ਜਾਣੇ ਖੇਡਦੇ ਸੀਗੇ ਪਤਾ ਲੱਗਾ ਉਹਦਾ ਭਰਾ ਵੀ ਸੀ ਛੋਟਾ ਨਾਲ ਇਹ ਬਾਕੀ ਤਫਤੀਸ਼ ਦੌਰਾਨ ਇੰਸਪੈਕਟਰ ਸਾਹਿਬ ਇਨਵੈਸਟੀਗੇਸ਼ਨ ਤੁਹਾਨੂੰ ਕਲੀਅਰ ਕਰ ਦਿੱਤੀ ਜਾਊਗੀ ਬਿਲਕੁਲ ਆਵਾਜ਼ੀ ਕੰਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਸੁਨੀਲ ਕੁਮਾਰ ਦੀ ਰਿਪੋਰਟ।